ਆ ਜਾਓ ਦੋਸਤੋ, ਦਿਖਾਉਂਦੇ ਹਾਂ ਪੰਜਾਬ ਦਾ ਸਭ ਤੋਂ ਅਮੀਰ ਪਿੰਡ। ਇਸ ਪਿੰਡ ਨੂੰ ਦੋਸਤੋ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਮੰਨਿਆ ਜਾਂਦਾ ਹੈ, ਕਿਉਂਕਿ ਦੋਸਤੋ ਇਸ ਪਿੰਡ ਦੇ ਵਿੱਚ ਬੈਂਕ ਵਾਲਿਆਂ ਨੂੰ ਵੀ ਪੂਰੀਆਂ 7 ਬੈਂਕਾਂ ਖੋਲ੍ਹਣੀਆਂ ਪਈਆਂ ਸੀ ਇਸ ਪਿੰਡ ਦੇ ਵਿੱਚ। ਦੋਸਤੋ ਤੁਸੀਂ ਜਿੱਧਰ ਵੀ ਦੇਖੋਗੇ ਟੌਪ ਦੀ ਹਵੇਲੀ, ਮਿਆਣੀ ਪਿੰਡ ਹੈ ਜੀ ਇਹ ਪੰਜਾਬ ਦਾ, ਟੌਪ ਦੇ ਘਰ, ਟੌਪ ਦਾ ਪਿੰਡ, ਬਹੁਤ ਸੋਹਣਾ ਪਿੰਡ ਹੈ। ਤੁਸੀਂ ਜਦੋਂ ਕਿਸੇ ਵੀ ਗਲੀ 'ਚ ਵੜ ਜਾਓਗੇ ਤੁਹਾਨੂੰ ਕੋਠੀਆਂ ਨਹੀਂ ਹਵੇਲੀਆਂ ਛੱਤੀਆਂ ਮਿਲਣੀਆਂ, ਵੱਡੀਆਂ ਵੱਡੀਆਂ ਹਵੇਲੀਆਂ। ਅਤੇ ਇਸ ਪਿੰਡ ਦੇ ਵਿੱਚ ਹਰ ਟਾਈਮ ਕੰਮ ਚੱਲਦਾ ਹੀ ਰਹਿੰਦਾ, ਕਿਸੇ ਨਾ ਕਿਸੇ ਹਵੇਲੀ ਕਿਸੇ ਨਾ ਕਿਸੇ ਕੋਠੀ ਦਾ ਕੰਮ ਤੁਹਾਨੂੰ ਚੱਲਦਾ ਹੀ ਮਿਲੂਗਾ, 12 ਮਹੀਨੇ 30 ਦਿਨ ਬੰਦ ਨਹੀਂ ਹੁੰਦਾ ਇਸ ਪਿੰਡ ਦੇ ਵਿੱਚ ਕੰਮ। ਅਤੇ ਕਾਰੋਬਾਰ ਕਿੱਤਾ ਮਜ਼ਦੂਰਾਂ ਲਈ ਵੀ ਇੰਨਾ ਕਾਰੋਬਾਰ, ਇੰਨਾ ਕਿੱਤਾ, ਇੰਨਾ ਕੰਮ ਹੈ ਕਿ ਬੰਦਾ ਕਰਨ ਵਾਲਾ ਚਾਹੀਦਾ, ਅਤੇ ਬੰਦਾ ਇਸ ਪਿੰਡ ਦੇ ਵਿੱਚ ਕਦੇ ਵੀ ਤੰਗੀ 'ਚ ਨਹੀਂ ਆਊਗਾ, ਇੰਨਾ ਕੰਮ ਹੈ ਇਸ ਪਿੰਡ ਦੇ ਵਿੱਚ। ਸ਼ਹਿਰਾਂ ਨਾਲੋਂ ਵੀ ਵੱਧ ਇਸ ਪਿੰਡ ਦੀ ਚੜ੍ਹਾਈ ਹੈ, ਇਸ ਪਿੰਡ ਦੇ ਵਿੱਚ ਕੰਮ ਹੈ, ਅਤੇ ਇਸ ਪਿੰਡ ਦੇ ਵਿੱਚ ਕੋਠੀਆਂ ਹਵੇਲੀਆਂ ਤੁਹਾਨੂੰ ਮਿਲ ਜਾਣਗੀਆਂ। ਅਤੇ ਇਸ ਪਿੰਡ ਦੇ ਵਿੱਚ ਜੇ ਦੁਕਾਨਾਂ ਦੀ ਗੱਲ ਕਰੀਏ ਤਾਂ ਦੋਸਤੋ ਦੁਕਾਨ ਹਰ ਇੱਕ ਤਰ੍ਹਾਂ ਦੀ, ਦੁਕਾਨ ਹਰ ਅਤੇ ਇੱਕ ਤਰ੍ਹਾਂ ਦੀ ਸਹੂਲੀਅਤ ਤੁਹਾਨੂੰ ਇਸ ਪਿੰਡ ਦੇ ਵਿੱਚ ਮਿਲੂਗੀ। ਅਤੇ ਇਹ ਪਿੰਡ ਕਾਫੀ ਜਿਹੜਾ ਏਰੀਏ ਦੇ ਵਿੱਚ ਫੈਲਿਆ ਹੋਇਆ, ਛੋਟਾ ਜਿਹਾ ਪਿੰਡ ਨਹੀਂ ਹੈ, ਕਾਫੀ ਵੱਡਾ ਪਿੰਡ ਹੈ। ਅਤੇ ਮੈਨੂੰ ਲੱਗਦਾ ਵੀ ਥੋੜ੍ਹੇ ਸਮੇਂ ਦੇ ਵਿੱਚ ਹੀ ਇਹਨੂੰ ਸ਼ਹਿਰ ਵੀ ਐਲਾਨ ਦਿੱਤਾ ਜਾਊਗਾ, ਕਿਉਂਕਿ ਜੇਕਰ ਕੋਈ ਆਮ ਬੰਦਾ ਜਿਹਨੂੰ ਇਸ ਪਿੰਡ ਬਾਰੇ ਨਹੀਂ ਪਤਾ ਜਾਂ ਇਸ ਪਿੰਡ 'ਚ ਪਹਿਲਾਂ ਕਦੇ ਆਇਆ ਨਹੀਂ, ਵੈਸੇ ਇਸ ਪਿੰਡ ਦੇ ਰੋਡ ਦੇ ਉੱਤੋਂ ਦੀ ਲੰਘੇ ਜਿਵੇਂ ਆਪਾਂ ਲੰਘ ਰਹੇ ਹਾਂ, ਤਾਂ ਦੋਸਤੋ ਉਹ ਇਹ ਸਮਝੂਗਾ ਵੀ ਇਹ ਪਿੰਡ ਨਹੀਂ ਹੈਗਾ, ਕੋਈ ਸ਼ਹਿਰ ਹੈ, ਕਿਉਂਕਿ ਦੋਸਤੋ ਇਹ ਇੱਕ ਸ਼ਹਿਰ ਦੀ ਤਰ੍ਹਾਂ ਹੀ ਬਣ ਚੁੱਕਿਆ। ਇਹ ਪਿੰਡ ਜੀ ਪੰਜਾਬ ਦਾ ਪਿੰਡ ਹੈ, ਪੰਜਾਬ ਦੇ ਇਸ ਪਿੰਡ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸਹੂਲਤਾਂ ਮਿਲ ਜਾਣੀਆਂ ਤੁਹਾਨੂੰ ਜਿਹੜੀਆਂ ਕਈ ਵਾਰੀ ਸ਼ਹਿਰ ਦੇ ਵਿੱਚ ਵੀ ਨਹੀਂ ਮਿਲਣੀਆਂ। ਦੋਸਤੋ ਏਟੀਐਮਾਂ ਤੋਂ ਲੈ ਕੇ ਬੈਂਕਾਂ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਸਹੂਲਤ ਇਸ ਪਿੰਡ ਦੇ ਵਿੱਚ ਤੁਹਾਨੂੰ ਆਮ ਮਿਲੂਗੀ, ਬਿਲਕੁਲ ਹੀ ਆਮ। ਅਤੇ ਹਰ ਤਰ੍ਹਾਂ ਦੀ ਦੁਕਾਨਦਾਰੀ, ਹਰ ਤਰ੍ਹਾਂ ਦੀ ਫੈਸਿਲਿਟੀ ਇਸ ਪਿੰਡ ਦੇ ਵਿੱਚ ਤੁਹਾਨੂੰ ਇਸ ਰੋਡ ਦੇ ਉੱਤੇ ਮਿਲ ਜੂਗੀ। ਅਤੇ ਦੋਸਤੋ ਇਹ ਪਿੰਡ ਨੂੰ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਦੱਸਿਆ ਜਾਂਦਾ, ਮਿਆਣੀ ਪਿੰਡ। ਆ ਤੁਹਾਨੂੰ ਦਿਖਾ ਦਿੰਦੇ ਹਾਂ ਦੋਸਤੋ, ਥੋੜ੍ਹਾ ਜਿਹਾ ਗੇੜਾ ਦਿੰਦੇ ਹਾਂ ਆਪਾਂ ਇਸ ਮੇਨ, ਇਹ ਮੇਨ ਹਾਈਵੇ ਹੈ ਜੀ, ਮੇਨ ਰੋਡ ਹੈ ਇਹ, ਅਤੇ ਮੇਨ ਰੋਡ ਦੇ ਉੱਤੇ ਮੇਨ ਹਾਈਵੇ ਦੇ ਉੱਤੇ ਗੇੜਾ ਦਿੰਦੇ ਹਾਂ ਆਪਾਂ, ਅਤੇ ਤੁਹਾਨੂੰ ਬੈਂਕਾਂ ਵੀ ਦਿਖਾ ਦਿੰਦੇ ਹਾਂ, ਅਤੇ ਤੁਹਾਨੂੰ ਇਸ ਪਿੰਡ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਇਹਨੂੰ ਦੋਸਤੋ ਇੱਕ ਸ਼ਹਿਰ ਦੀ ਤਰ੍ਹਾਂ ਨਹੀਂ ਦੇਖਣਾ। ਜਿਵੇਂ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਇਹਨੂੰ ਇੱਕ ਸ਼ਹਿਰ ਸੋਚ ਕੇ ਦੇਖੋਗੇ ਤਾਂ ਸ਼ਾਇਦ ਤੁਹਾਨੂੰ ਛੋਟਾ ਲੱਗੂਗਾ, ਪਰ ਦੋਸਤੋ ਇਹ ਇੱਕ ਪਿੰਡ ਹੈ, ਇਹਨੂੰ ਇੱਕ ਪਿੰਡ ਦੀ ਤਰ੍ਹਾਂ ਦੇਖੋਗੇ ਤਾਂ ਤੁਹਾਨੂੰ ਐਂ ਲੱਗੂਗਾ ਵੀ ਯਾਰ ਵੀ ਪਿੰਡ ਇਸ ਤਰ੍ਹਾਂ ਦੇ ਵੀ ਹੁੰਦੇ ਨੇ, ਮਤਲਬ ਸ਼ਹਿਰਾਂ ਵਰਗੇ ਪਿੰਡ। ਆ ਤੁਸੀਂ ਦੇਖ ਲਓਗੇ ਇਕੱਲੀ ਇਕੱਲੀ ਸਹੂਲਤ ਤੁਹਾਨੂੰ ਸ਼ਹਿਰਾਂ ਵਾਲੀ ਇਸ ਪਿੰਡ ਦੇ ਵਿੱਚ ਮਿਲੂਗੀ, ਹਾਲਾਂਕਿ ਇਹ ਇੱਕ ਪਿੰਡ ਹੈ। ਦੇਖੋ ਹਰ ਤਰ੍ਹਾਂ ਦੀ ਬਹੁਤ ਬਹੁਤ ਸੋਹਣੀ ਜਿਹੜੀ ਪਿੰਡ ਦੀ ਦਿੱਖ ਹੈ, ਬਹੁਤ ਜਦੋਂ ਤੁਸੀਂ ਆਓਗੇ ਮਤਲਬ ਐਂ ਲੱਗੂਗਾ ਵੀ ਯਾਰ ਹਾਂ ਕਿਸੇ ਸ਼ਹਿਰ ਦੇ ਵਿੱਚ ਆ ਗਏ, ਛੋਟਾ ਮੋਟਾ ਸ਼ਹਿਰ ਤਾਂ ਲੱਗੂਗਾ ਹੀ ਲੱਗੂਗਾ, ਇਹ ਪਿੰਡ ਤਾਂ ਮਤਲਬ ਲੱਗਦਾ ਹੀ ਨਹੀਂ ਵੀ ਪਿੰਡ ਹੈ ਇਹ। ਆਹ ਤੁਸੀਂ ਮੈਂ ਤੁਹਾਨੂੰ ਦਿਖਾਉਣਾ, ਆਹ ਤੁਸੀਂ ਦੇਖਦੇ ਜਾਓ ਇਹ ਪਿੰਡ ਨੂੰ, ਅਤੇ ਆਹ ਦੇਖੋ ਜੀ ਨਾਲ ਹੀ PNB ਬੈਂਕ ਵੀ ਤੁਹਾਨੂੰ ਮੈਂ ਦਿਖਾ ਰਿਹਾ, ਅਤੇ ਅੱਗੇ ਚੱਲਾਂਗੇ ਆਪਾਂ ਸਾਰੇ ਤੁਹਾਨੂੰ ਬੈਂਕਾਂ, ਮਤਲਬ ਇਹੋ ਜਿਹੀ ਕੋਈ ਬੈਂਕ ਨਹੀਂ ਜਿਹੜੀ ਕੋਈ ਮਸ਼ਹੂਰ ਹੋਵੇ ਜਿਹਦਾ ਕੋਈ ਮਾੜਾ ਮੋਟਾ ਨਾਮ ਹੈਗਾ ਅਤੇ ਉਹ ਇਸ ਪਿੰਡ ਦੇ ਵਿੱਚ ਨਾ ਹੋਵੇ। ਅਤੇ ਪਿੰਡ ਦੇ ਵਿੱਚ ਕੋਈ ਵੀ ਐਸੀ ਮਤਲਬ ਕਿ ਉਹ ਨਹੀਂ ਹੈ, ਤੁਸੀਂ ਸਾਹਮਣੇ ਬੋਰਡ ਵੀ ਲੱਗੇ ਦੇਖ ਰਹੇ ਹੋ, ਹੋਸਪਿਟਲਾਂ ਤੋਂ ਲੈ ਕੇ ਹੈ ਨਾ ਛੋਟੀ ਮੋਟੀ ਗੋਲ ਗੱਪਿਆਂ ਦੀ ਰੇਹੜੀ ਤੋਂ ਲੈ ਕੇ ਹੋਸਪਿਟਲਾਂ ਤੱਕ ਹਰ ਤਰ੍ਹਾਂ ਦੀ ਸਹੂਲਤ ਤੁਹਾਨੂੰ ਕਿਸੇ ਸ਼ਹਿਰ 'ਚ ਜਾਣ ਦੀ ਲੋੜ ਨਹੀਂ ਇਸ ਪਿੰਡ ਦੇ ਵਿੱਚ ਮਿਲ ਜੂਗੀ। ਅਤੇ ਇਹ ਪਿੰਡ ਤੁਹਾਨੂੰ ਅੰਦਰੋਂ ਹੀ ਲੱਗੂਗਾ ਵੀ ਜਿਵੇਂ ਸ਼ਹਿਰ ਹੀ ਹੁੰਦਾ, ਅਤੇ ਪਿੰਡ ਕਾਫੀ ਵੱਡਾ, ਮਤਲਬ ਇਹ ਨਹੀਂ ਹੈ ਵੀ ਛੋਟਾ ਜਿਹਾ, ਅਤੇ ਗੱਲਬਾਤ ਵੱਖਰੀ ਹੈ ਇਸ ਪਿੰਡ ਦੀ। ਅਤੇ ਤੁਸੀਂ ਪਿੰਡ ਦੇ ਵਿੱਚ ਜਦੋਂ ਇੱਕ ਰੌਂਡੀ ਮਾਰੋਗੇ ਤਾਂ ਤੁਹਾਨੂੰ ਖੁਦ ਮਹਿਸੂਸ ਹੋਊਗਾ ਵੀ ਹਾਂ ਕਿਸੇ ਵੱਡੇ ਜਾਂ ਕਿਸੇ ਸੋਹਣੇ ਪਿੰਡ ਦੇ ਵਿੱਚ ਅਸੀਂ ਇੰਟਰ ਹੋ ਚੁੱਕੇ ਹਾਂ। ਆਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ, ਮਤਲਬ ਜਿਹੜੀ ਮੇਨ ਰੋਡ ਹੈ, ਮੇਨ ਸੜਕ ਹੈ, ਉਹ ਤੁਸੀਂ ਰੌਣਕ ਹੀ ਦੇਖ ਸਕਦੇ ਹੋ, ਦੁਕਾਨਾਂ ਦੇਖ ਸਕਦੇ ਹੋ। ਅਤੇ ਜੇਕਰ ਅਸੀਂ ਵੀਡੀਓ ਹੈ ਨਾ ਜ਼ਿਆਦਾ
ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੇ ਬਹੁਤ ਲੰਬੇ ਹੋ ਜਾਣਾ। ਪਰ ਦੋਸਤੋ ਤੁਸੀਂ ਇੱਥੋਂ ਅੰਦਾਜ਼ਾ ਹੀ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਕਿੱਡਾ ਕਿੰਨਾ ਵੱਡਾ ਪਿੰਡ ਹੈ ਅਤੇ ਕਿਸ ਤਰ੍ਹਾਂ ਦੀ ਇਹਦੇ 'ਚ ਸਹੂਲੀਅਤ ਹੈ ਅਤੇ ਕਿਸ ਤਰ੍ਹਾਂ ਦੀਆਂ ਦੁਕਾਨਾਂ ਨੇ। ਅਤੇ ਅਗਰ ਤੁਹਾਡਾ ਇੱਧਰ ਨੂੰ ਗੇੜਾ ਕਿਧਰੇ ਵੱਜਦਾ ਮਿਆਣੀ ਸਾਈਡ ਨੂੰ ਅਤੇ ਤਾਂ ਤੁਸੀਂ ਇਸ ਪਿੰਡ ਦੇ ਵਿੱਚ ਜ਼ਰੂਰ ਜਿਹੜਾ ਗੇੜਾ ਮਾਰ ਕੇ ਜਾਣਾ। ਅਤੇ ਆਹ ਦੇਖੋ ਤੁਸੀਂ ਸਰਚ ਮਾਰ ਸਕਦੇ ਹੋ, ਦੇਖ ਸਕਦੇ ਹੋ, ਮਿਆਣੀ ਪਿੰਡ ਹੈ ਜੀ ਇਹ। ਆਹ ਦੇਖੋ ਪਿੰਡ ਬਹੁਤ ਸੋਹਣਾ ਪਿੰਡ ਹੈ, ਪੰਜਾਬ ਦਾ ਮਿਆਣੀ ਪਿੰਡ ਹੈ ਜੀ ਇਹ, ਆਹ ਤੁਸੀਂ ਦੇਖ ਸਕਦੇ ਹੋ। ਅਤੇ ਨਾਲ ਹੀ ਜਿਹੜੇ ਜਿਹੜੇ ਇਹਦੇ ਪਿੰਡ ਪੈਂਦੇ ਨੇ ਮੈਂ ਪਿੱਛੇ ਬੋਰਡ ਵੀ ਦਿਖਾ ਚੁੱਕਿਆ, ਅਤੇ ਤੁਸੀਂ ਉਹ ਪਿੰਡਾਂ ਦੇ ਅਗਰ ਤੁਹਾਨੂੰ ਮਿਆਣੀ ਨਹੀਂ ਲੱਭ ਰਿਹਾ ਤਾਂ ਤੁਸੀਂ ਉਹ ਬੋਰਡ 'ਤੇ ਦੇਖ ਕੇ ਇਹ ਪਿੰਡ ਨੂੰ ਸਰਚ ਮਾਰ ਸਕਦੇ ਹੋ। ਇਹ ਪਿੰਡ ਇਸ ਤਰ੍ਹਾਂ ਦਾ ਪਿੰਡ ਹੈ ਜੀ, ਸਾਹਮਣੇ ਗੁਰਦੁਆਰਾ ਸਾਹਿਬ ਹੈ, ਉਹ ਲਿਖਿਆ ਪਿਆ ਜੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਪਿੰਡ ਹੈ ਮਿਆਣੀ ਪਿੰਡ।